ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਘੈਂਟ ਹੋਵੋਗੇ ਤੇ ਗੈਸ ਕਰੋ ਅਸੀਂ ਕਿੱਥੇ ਚੱਲੇ ਆ ਗੈਸ ਕੀ ਮੂਰੇ ਥੰਬਨੇ ਲਈ ਡਾਲ ਆਈਸਲੈਂਡ ਚੱਲੇ ਮੇਰੇ ਵੀਰੋ ਆਈਸਲੈਂਡ ਤੇ ਤਿੰਨ ਜਣੇ ਦਾ ਭਾਗ ਵੀ ਜਾਂਦੇ ਅੱਜ ਇੱਕ ਨਵਾਂ ਬੰਦਾ ਆਇਆ ਦੇਖੋ ਤੁਸੀਂ ਹੈਲੋ ਸਾਰਿਆਂ ਨੂੰ ਹੋਰ ਕਿਵੇਂ ਹੋ ਕਿਵੇਂ ਹੋ ਦੱਸਦੇ ਹੁਣ ਕਮੈਂਟਾਂ 'ਚ ਤੇ ਗੁਰੀ ਗੱਡੀ ਲਾਉਣ ਗਿਆ ਗੁਰੀ ਸਾਨੂੰ ਛੱਡਣਾ ਹੈਗਾ ਆਉਂਦਾ ਉਹ ਵੀ ਉਹਦੇ ਨਾਲ ਤੇ ਗੇਟ ਨੰਬਰ ਕਿੰਨਾ ਗੇਟ ਨੰਬਰ ਦੇ ਦੇਖੋ ਕਿੰਨਾ ਬਦਲਾ ਹੋ ਗਿਆ ਅਸੀਂ ਨਿੱਕੇ ਨਿੱਕੇ ਬੈਗ ਲਿਆਂਦੇ ਕਿਉਂਕਿ ਜੇ ਵੱਡਾ ਬੈਗ ਲੈ ਕੇ ਜਾਂਦਾ 90,000 ਦੇਣੇ ਪੈਂਦੇ ਇੰਨੇ ਪੈਸੇ ਨੀ ਬਲੌਗ ਦੇਖਿਆ ਕਰੋ ਫਿਰ ਕੰਮ ਹੋ ਗਿਆ ਆਈਸਲੈਂਡ 'ਚ ਫੋਟੋ ਫੜੋ ਵਧੀਆ ਇੰਸਟਾਗ੍ਰਾਮ ਆਈ ਡੀ ਦੱਸ ਦੇਣ ਉਹ ਮੇਰੇ ਵੀਰੋ ਚੈਕਿੰਗ ਆਪਣਾ ਹੁਣ ਹੋਣ ਵਾਲਾ ਅੰਦਰ ਉੱਥੇ ਹੈ ਕਿੱਟਾਂ ਉਹ ਜਮ੍ਹਾਂ ਕਰਾਉਣੀਆਂ ਹਨ ਅਤੇ ਚੈਕਿੰਗ ਹੋਊਗੀ ਇਹਨਾਂ ਦੀ ਅਤੇ ਇਹਦਾ ਫੋਨ ਨਹੀਂ ਚੱਲਿਆ ਸੀਗਾ ਮਸਾਂ ਚੱਲਿਆ ਲੈਣ ਦੇਖੋ ਗੱਡੀ ਲੱਗੀ ਤਾਂ ਭੁੱਖੀ ਧਿਆਈ ਬੈਠੀ ਆ ਤੁਸੀਂ ਪਤਾ ਕੀ ਕਰਦੇ ਹੋ ਤੁਸੀਂ ਪਹਿਲਾਂ ਬਲੌਗ ਦੇਖਦੇ ਹੋ ਸਾਡਾ ਦੂਜਾ ਦੇਖਦੇ ਨਹੀਂ ਹੈਗੇ ਅਸੀਂ ਹੁਣ ਪਹਿਲਾਂ ਹੀ ਬੜਾ ਬਣਾਉਣਾ 40-45 ਮਿੰਟਾਂ ਦਾ ਵੀ ਤੁਸੀਂ 2 ਘੰਟੇ ਦੀ ਫਿਲਮ ਬਣਾ ਲੈਣੀ ਆਪਾਂ ਹੁਣ ਤੁਹਾਨੂੰ ਆਈਸਲੈਂਡ ਜਾ ਕੇ ਮਿਲਦੇ ਹਾਂ ਉੱਥੇ ਜਾ ਕੇ ਦਿਖਾਉਂਦੇ ਹਾਂ ਵੀ ਕਿੱਦਾਂ ਦਾ ਅਸੀਂ ਪਹਿਲੀ ਵਾਰ ਦੇਖਣਾ ਤੁਸੀਂ ਪਹਿਲੀ ਵਾਰ ਦੇਖਣਾ ਜੇ ਵਧੀਆ ਲੱਗਿਆ ਤੁਸੀਂ ਵੀ ਗੇੜਾ ਮਾਰੋ ਚਲੋ ਬੰਦਾ ਬਚ ਗਿਆ ਬੈਗ ਵੱਡਾ ਸੀ ਕਰੇ 90,000 ਪਰ ਉਹ ਜਸਤਾਂ ਕਰਕੇ ਆਇਆ ਮੈਂ ਜਿਸ ਤਾਂ ਮੂੰਹ ਉੱਡ ਗਿਆ ਸੀ ਮੈਂ ਕਿਹਾ ਬਸ ਮੈਨੂੰ ਜਾਣ ਦੋ ਅਗਲੀ ਵਾਰੀ ਮੈਂ ਪੱਕਾ ਧਿਆਨ ਰੱਖੂੰਗਾ ਐਡਾ ਬੈਗ ਲੈ ਆਇਆ ਮੈਂ ਵੀ ਪਹਿਲੇ ਐਡਾ ਬੈਗ ਕਰੇ 90,000 ਪਰ ਕਦੇ ਨਹੀਂ ਲੱਗਣਾ ਚੱਲ ਜਸਨ ਸ਼ੁਕਰ ਹੈ ਰੱਬ ਦਾ ਬਚ ਗਿਆ ਆਈਸਲੈਂਡ ਉਤਰ ਕੇ ਮਿਲਾਂਗੇ ਕੌਣ ਸਾ ਰੀਲਾਂ ਦੀ ਪੈ ਗਈ ਇਹਨਾਂ ਨੂੰ ਜਹਾਜ਼ ਕੋਲ ਪਹੁੰਚਣ ਬਾਕੀ ਆਪਾਂ ਹੋਟਲ ਵਗੈਰਾ ਸਾਰਾ ਕੁਝ ਕਰਤਾ ਬੁੱਕ ਕਾਰ ਵੀ ਕਰ ਚੁੱਕੇ ਆਪਾਂ ਕਾਰ ਲਵਾਂਗੇ ਜਾ ਕੇ ਉਹ ਵੀ ਕਰਤੀ ਬੁੱਕ ਅਸੀਂ ਜਹਾਜ਼ 'ਚ ਵੀ ਮੈਚ ਦੇਖਣਾ ਆ 25 ਯੂਰੋ 'ਚ ਲੈ ਲਿਆ ਬਾਬੇ 4 ਘੰਟੇ 5 GB ਤੁਸੀਂ ਵੀ ਲੈ ਸਕਦੇ ਹੋ ਮੈਚ ਚੱਲੂ ਬਹੁਤ ਹੀ ਗੰਦੀ ਗੇਂਦ ਹੈ ਸ਼ਰੀਫ ਦੁਬਾਰਾ ਪਰ 4 ਰਨ ਸੇ ਬਚੇ ਜਸਨ ਕਹਿੰਦੇ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਰਹਿੰਦੀ ਆ ਦੇਖ ਯਾਰ ਬਾਲ ਬੁਲ ਖੇਲਰ ਗਏ 4-5 ਘੰਟੇ ਦੀ ਫਲੈਟ 'ਤੇ ਵੀਰੇ ਕੋਈ ਘੰਟੇ ਦੀ ਨਹੀਂ ਹੈਗੀ ਆਪਾਂ ਤਾਂ ਥੱਕ ਗਏ ਬਹੁਤ ਬੜਾ ਸੁਣਿਆ ਸੀ ਛੋਟੇ ਹੁੰਦੇ ਵੀ ਕੋਈ ਇੱਕ ਕੰਟਰੀ ਹੈਗੇ ਇੱਥੇ 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਰਹਿੰਦੇ ਅੱਜ ਉਹੀ ਕੰਟਰੀ 'ਚ ਖੜੇ ਹਾਂ ਅੱਜ ਡ੍ਰੀਮ ਕਮ ਟਰੂ ਹੋ ਗਿਆ ਸਾਡਾ ਆਈਸਲੈਂਡ 'ਚ ਖੜੇ ਹਾਂ ਆਈਸ ਤਾਂ ਸਾਨੂੰ ਦਿਖੀ ਨਹੀਂ ਆਪਾਂ ਜ਼ਰੂਰ ਚੱਲਦੀ ਹਾਂ ਪਰ ਅਤੇ ਉਹ ਇੱਥੇ 6 ਮਹੀਨੇ ਨਹੀਂ ਰਹਿੰਦੇ ਮਤਲਬ 3 ਕੁ ਮਹੀਨੇ ਹੁੰਦਾ 3 ਕੁ ਮਹੀਨੇ ਦਿਨ ਰਹਿੰਦਾ 3 ਕੁ ਮਹੀਨੇ ਰਾਤ ਬਾਕੀ ਨੋਰਮਲ ਆਪਣੇ ਵਾਂਗੂ ਹੁੰਦਾ ਹੈਗਾ ਬਾਕੀ ਦੇਖਦੇ ਹਾਂ ਆਪਾਂ ਅਸੀਂ ਥੋੜ੍ਹੇ ਜਿਹੇ ਗਲਤ ਟਾਈਮ 'ਤੇ ਆਏ ਹਾਂ ਠੰਡ ਜੀ ਚੱਲਦੀ ਮਤਲਬ ਸਾਦੋ ਠੰਡ ਹੈ ਜਦ 8 ਡਿਗਰੀ ਟੈਂਪਰੇਚਰ ਸਾਨੂੰ ਇਦਾਂ ਦੀ ਮਈ 'ਚ ਥੋੜ੍ਹਾ ਬਹੁਤਾ ਮੌਸਮ ਸਹੀ ਹੋ ਜਾਂਦਾ ਪਰ ਹੋਇਆ ਨਹੀਂ ਅਤੇ ਯਾਰ ਉਹ ਨਹੀਂ ਬਿਨਾਂ ਕੋਟ ਤੋਂ ਹੈਲਪ ਹੀ ਜਾ ਗਈ ਲੋ ਮੇਰੇ ਵੀਰੋ ਕਰੰਸੀ ਐਕਸਚੇਂਜ ਕਰਾਉਣ ਆਈ ਸੀ ਉਹ ਬੰਦ ਨਿਕਲ ਗਈ ਹੁਣ ਇੰਨਾ ਨਹੀਂ ਪਤਾ ਯੂਰੋਆਂ 'ਚ ਗੱਲਬਾਤ ਉਹ ਯੂਰੋ ਆਪਣੇ ਕੋਲ ਦੋ ਕਿਉਂਕਿ 1 ਯੂਰੋ ਦੇ ਕਿੰਨੇ ਬਣਦੇ ਇੱਥੇ 1 ਯੂਰੋ ਦੇ ਬਣਦੇ ਆ 300 ਹਨ ਨਾ ਨਾ 150 ਰੁਪਈਆ ਬਣਦਾ ਇੱਧਰਲਾ ਆਬਾਦੀ ਕਿੰਨੀ ਆ ਸਾਰੇ ਦੇਸ਼ ਦੀ 3.5 ਲੱਖ ਜਿੰਨੀ ਕੁ ਆਪਣੇ ਮਿਲਦਾ ਲੁਧਿਆਣੇ ਸ਼ਹਿਰ ਚ ਹੋਊ ਇੰਨੀ ਤਾਂ ਸਾਰੇ ਦੇਸ਼ ਚ ਇੰਨੀ ਇਹਨਾਂ ਦੀ ਇਹਨਾਂ ਨੇ ਦੇਸ਼ ਡਾਕ ਹੁਣ ਤੁਹਾਨੂੰ ਮਿਲਦੇ ਆ ਕਾਰ ਡਰਾਈਵ ਕਰੂੰਗਾ ਮੈਂ ਜਿਹੜਾ ਉੱਥੇ ਲਿਖਿਆ ਹੁੰਦਾ ਸੀ ਕਹਿੰਦੇ ਵੀ ਹਵਾ ਬਹੁਤ ਤੇਜ਼ ਚੱਲਦੀ ਆ ਵੀ ਟਾਕਿਆਂ ਨੂੰ ਸਪੋਰਟ ਰੱਖਿਓ ਵੀ ਇੱਥੇ
ਬਾਲੀ ਤੇਜ਼ ਹਵਾ ਚੱਲਦੀ ਹੈ ਉਹ ਕਹਿੰਦੀ ਜਿਹੜੇ ਜਵਾਕ ਖੜੇ ਆ ਤੂੰ ਇਹਨੂੰ ਨਹੀਂ ਚਲਾਉਣੀ ਤੂੰ ਚਲਾ ਮੈਨੂੰ ਫੜਾਈ ਜਾਊਗੀ ਉਹਨੂੰ ਦੱਸ ਦਿੰਦਾ ਵੀ ਜਵਾਕ 20-21 ਸਾਲ ਦੇ ਗੱਡੀ ਨਹੀਂ ਫੜਾਉਣੀ ਹਵਾ ਬਾਲੀ ਤੇਜ਼ ਆ ਇੱਥੇ ਇਹ ਹਵਾ ਇੱਥੇ ਬਹੁਤ ਤੇਜ਼ ਚੱਲਦੀ ਆ ਬਾਬੇ ਅਸੀਂ ਇਸ਼ਾਨ ਗੋਇਲ ਦਾ ਬਲੌਗ ਦੇਖਿਆ ਜੀ ਉਹ ਚ ਹਵਾ ਇੰਨੀ ਤੇਜ਼ ਚੱਲ ਰਹੀ ਸਾਡੀ ਬਾਜ ਕਲੀਅਰ ਨਹੀਂ ਆਉਣੀ ਬਾਕੀ ਮੀਂਹ ਵੀ ਆ ਗਿਆ ਲੋ ਜੀ ਬਾਹਰ ਨਿਕਲੇ ਮੀਂਹ ਆ ਗਿਆ ਉਹ ਗੱਡੀ ਕਿਧਰੋਂ ਚੱਕਣੀ ਆ ਕਿਆ ਹੁਣ ਦੱਸੋ ਤੁਹਾਨੂੰ ਪਤਾ ਸੀ ਐਕਚੁਅਲੀ ਖੜੇ ਕਿੱਥੇ ਆ ਅਸੀਂ ਲਾਵੇ ਤੇ ਖੜੇ ਆ ਹਾਂਜੀ ਇਹ ਸਾਰੀ ਸਾਰੇ ਆਈਸਲੈਂਡ ਦੇ ਥੱਲੇ ਉਹੀ ਆ ਲਾਵਾ ਹੀ ਆ ਜਵਾਲਾਮੁਖੀਆਂ ਦੀ ਕੰਟਰੀ ਹੈ ਤੁਹਾਨੂੰ ਜਵਾਲਾਮੁਖੀ ਤੇ ਵੀ ਜਾਵਾਂਗੇ ਉਹ ਵੀ ਦਿਖਾਵਾਂਗੇ ਸਾਰੀਆਂ ਚੀਜ਼ਾਂ ਜੁੜੇ ਰਹੋ ਸਾਡੇ ਨਾਲ ਸਾਰੀਆਂ ਚੀਜ਼ਾਂ ਦਿਖਾਵਾਂਗੇ ਹੁਣ ਗੱਡੀ ਦੇਖ ਲਈਏ ਕਿੱਥੋਂ ਲੈਣੀ ਆ ਤੇ ਇਹਨੂੰ ਡਾਰਕ ਕੰਟਰੀ ਵੀ ਕਿਹਾ ਜਾਂਦਾ ਹੈ ਨਾ ਜਾਂ ਇੱਥੇ ਦਿਨ ਰਹਿੰਦਾ ਵੀਰੇ 11-12 ਵਜੇ ਸੂਰਜ ਛਿਪਦਾ ਤੇ ਇੱਕ ਗੱਲ ਹਾਂ ਹੋਰ ਇੱਥੇ 11:30 ਸੂਰਜ ਛਿਪਦਾ ਸਵੇਰੇ 2:30-3 ਵਜੇ ਨੂੰ ਚੜਿਆ ਹੁੰਦਾ ਦੋ ਘੰਟੇ ਅਗਲੇ ਮਹੀਨੇ ਸਾਰਾ ਦਿਨ ਹਾਂ ਦੋ ਘੰਟਿਆਂ ਦੀ ਰਾਤ ਹੁੰਦੀ ਆ ਸਿਰਫ ਇਹ ਵੀ ਹਿਸਾਬ ਲਾ ਲਓ ਤੁਸੀਂ ਬਸ ਅੱਜ ਜਹਨ ਨੇ ਸੋਣਾ ਸੀ ਦੋ ਘੰਟੇ ਸੋਣਾ ਸਵੇਰੇ 2:30 ਵਜੇ ਥਾ ਕੇ ਸੋ ਜਾਣਾ ਤੇ ਆਬਾਦੀ ਦਾ 3.5 ਲੱਖ ਯਾਰ ਜਮਾਂ ਹੀ ਬੇਇੱਜ਼ਤੀ ਕਰਵਾ ਦੀ ਮੈਂ ਕਹਿੰਦਾ ਜਨਸੰਖਿਆ ਹੀ ਹੈ ਨਹੀਂ 4 ਹੋਰ ਜੋੜ ਦੋ ਅਸੀਂ ਉਹਦੇ ਵਿੱਚੋਂ ਵੀ ਉਹਦੇ ਜੋ 60% ਆਬਾਦੀ ਇਹਦੀ ਰੇਜਾਵਿਕ ਸ਼ਹਿਰ 'ਚ ਰਹਿੰਦੀ ਹੈ ਜਿਹੜੀ ਕੈਪੀਟਲ ਆ ਤੇ ਘਰ ਮੈਂ ਜਹਾਜ਼ 'ਚੋਂ ਦੇਖੇ ਘਰ ਯਾਰ ਐਂਡੀ ਆ ਜਮਾਂ ਨਵੇਂ ਬਣੇ ਹੋਏ ਆ ਮੈਨੂੰ ਲੱਗਦਾ ਇਹ ਦੇਸ਼ ਨਵਾਂ ਲੱਗਦਾ ਮੀਂਹ ਵੀ ਆ ਗਿਆ ਹੁਣ ਦੇ ਦਿਆਂ ਗੱਡੀ ਕਿੱਥੋਂ ਚੱਕਣੀ ਆ ਚਲੋ ਗੱਡੀ ਜਾ ਕੇ ਮਿਲਦੇ ਆ ਮਿਲ ਗਈ ਆਪਾਂ ਨੂੰ ਗੱਡੀ ਮਸਾਂ ਹੀ ਲੱਭੀ ਆ ਨਿਊ i20 ਆਈਸਲੈਂਡ ਗਾਇਸ ਕਦੇ ਘੁੰਮਣਾ ਦਾ ਲੋਕ ਤਾਂ ਖੋਲ ਲੈ ਚੱਲੇ ਖੋਲਣਾ ਹੀ ਨੀ ਆਉਂਦਾ ਇੱਕ ਤਾਂ ਚਲਾਉਣ ਕਿਹਨੂੰ ਬਸ ਚੱਲ ਖੋਲ ਹੁਣ ਚਲੋ ਜੀ ਇੰਨਾ ਤਾਂ ਲੋਕ ਨੀ ਖੋਲਦਾ ਉੱਤੋਂ ਮੀਂਹ ਪਈ ਜਾਂਦਾ ਹਵਾ ਹੀ ਹਵਾ ਚੱਲ ਆਪਣਾ ਹੋਟਲ ਹੈਗਾ ਰੇਜਾਵਿਕ ਸ਼ਹਿਰ ਦੇ ਵਿੱਚ ਜਿਹੜੀ ਇਹਦੀ ਕੈਪੀਟਲ ਵੀ ਆ ਆਹੋ ਬਈ 70 ਤੇ ਰੱਖ ਤੂੰ 500 ਦਾ ਲੈਣਾ ਇਹਨਾਂ ਦਾ ਬੜਾ ਘੈਂਟ ਸਿਸਟਮ ਲਾਇਆ ਗੱਡੀ ਬੋਲਣ ਲੱਗ ਜਾਂਦੀ ਆ 735 ਕਿਲੋਮੀਟਰ ਚੱਲਣੀ ਲੋ ਵੀ ਬਹੁਤ ਹੀ ਮਸ਼ੱਦਤ ਕਰਨ ਤੋਂ ਬਾਅਦ ਗਾਣੇ ਚੱਲੇ ਆ ਪਤਾ ਨੀ ਪੰਗੇ ਪੁੰਗੇ ਲੈ ਕੇ ਚਲਾਈ ਲਏ ਤੇ ਜਸਨ ਫੋਨ ਹੀ ਚਲਾਈ ਜਾਂਦਾ ਇਹਨੂੰ ਉਹਨਾਂ ਨੇ ਸਮਝਾ ਕੇ ਦੋ ਰਹੇ ਫੋਨ ਨਹੀਂ ਚਲਾਉਣਾ ਗੱਡੀ ਚਲਾਉਂਦੇ ਇਹ ਸਾਡੀ ਗੱਡੀ i20 ਗਾਇਸ ਤੇ ਇੱਕ ਘਰ ਮਸਾਂ ਦੇਖਣ ਨੂੰ ਮਿਲਦਾ ਬਾਬੇ 10-15 ਕਿਲੋਮੀਟਰ ਬਾਅਦ ਤੇ ਉਹ ਦੇਖੋ ਉਹ ਆਇਆ ਹੋਇਆ ਕੋਰੀਅਰ ਵਾਲਾ ਆਪਣਾ ਸ਼ਿਪ ਜਿਹੜਾ ਸਾਰਾ ਯਾਰ ਦੇਸ਼ ਕਾਲਾ ਜਿਹਾ ਹੀ ਆ ਸਾਰਾ ਕੋਈ ਦਰਖਤ ਵੀ ਮਸਾਂ ਦਰਖਤ ਵੀ ਮਸਾਂ ਨੇ ਮਸਾਂ ਇੱਕ ਤਾਂ ਟਮਾਟਰ ਦਾ ਦਰਖਤ ਆ ਉਹ ਜਵਾਲਾਮੁਖੀ ਫਟੇ ਹੋਏ ਆ ਸਾਰੇ ਕਾਲੀ ਧਰਤੀ ਉੱਤੇ ਮਾੜਾ ਮਾੜਾ ਘਾਹ ਹੋਇਆ ਬਸ ਪੀਲੇ ਰੰਗ ਦਾ ਹਾਂਜੀ ਹਾਂਜੀ ਵੀਰ ਜੀ ਬਸ ਬਸ ਲੋ ਵੀ ਆਪਾਂ ਹੁਣ ਖੜੇ ਆ ਹੋਟਲ ਬਾਹਰ ਆਪਣੇ ਆ ਗਿਆ ਆਪਣਾ ਆਈਸਲੈਂਡਿਕ ਅਪਾਰਟਮੈਂਟ ਇਹ ਹੋਟਲ ਬੁੱਕ ਕੀਤਾ ਹੈਗਾ 4 ਰਾਤਾਂ ਲਈ ਹੋਟਲ ਦੇ ਸਾਹਮਣੇ ਜਿਮ ਹਵਾ ਹੀ ਬਹੁਤ ਚੱਲ ਰਹੀ ਬਹੁਤ ਘੈਂਟ ਜਗ੍ਹਾ ਯਾਰ ਉੱਧਰ ਦੇਖੋ ਤੁਸੀਂ ਨਹੀਂ ਪਤਾ ਉਹਨੇ ਲਗੂਨ ਕੀ ਹੁੰਦਾ ਲਗੂਨ ਕੀ ਹੁੰਦਾ ਲਾਵੇ ਤੇ ਬਣਿਆ ਹੋਇਆ ਕਿਉਂਕਿ ਇੱਥੇ ਖਾਨੀ ਕਿਹੜੀਆਂ ਪਲੇਸ ਨੇ ਜਿਹੜੀਆਂ ਦੋ ਆਪਸ ਵਿੱਚ ਦੂਰ ਜਾ ਰਹੀਆਂ ਪਹਿਲਾਂ ਸਮਾਨ ਰੱਖ ਦਈਏ ਤੇ ਲੋਕਾਂ ਖਾਣ ਪੀਣ ਜਾਂਦੇ ਆ ਜਾਂ ਫਿਰ ਇਹਨਾਂ ਨੇ ਖਾਣ ਪੀਣ ਲੈ ਕੇ ਆਉਨੇ ਆ ਦੇਖਦੇ ਪਹਿਲਾਂ ਭਾਂਡਾ ਠੀਕ ਰਹੇਗਾ ਚੱਕੋ ਅਪਾਰਟਮੈਂਟ ਲੈਤਾ ਆ ਬਣਾਉਣਾ ਸਮਾਨ ਦੇਖਿਓ ਤੁਸੀਂ ਬਣਦਾ ਚੌਲ ਬਣਾਉਣੇ ਜਿਸ ਨੇ ਕਹਿੰਦਾ ਅੱਜ ਫੋਨ ਵਾਲੇ ਚੌਲ ਦੇ ਨੇ ਮੇਰੇ ਵੱਲੋਂ ਅੱਜ ਫਿਊਜ ਲੈ ਕੇ ਦਹੀਂ ਲੈ ਕੇ ਹੁਣ ਤੁਹਾਨੂੰ ਕਮਰੇ ਜਾ ਬਾਬੇ ਉਹ ਬੰਦਾ ਦੇਖ ਲਓ ਉੱਧਰ ਗੱਲ ਕਰ ਰਿਹਾ ਹੁਣ ਫੋਨ ਲਾਇਆ ਹੋਇਆ ਉਹਨਾਂ ਨੇ ਗੇਟ ਨਹੀਂ ਐਨੀਬਾਡੀ ਹੇਅਰ ਐਕਸਕਿਊਜ਼ ਮੀ ਉਹ ਭੱਜ ਗਈ ਗੱਲ ਸੁਣ ਕੇ ਭੱਜ ਗਈ ਕਹਿੰਦਾ ਹੈਲੋ ਆਈ ਨੀਡ ਅ ਹੈਲਪ ਅਪਾਰਟਮੈਂਟ ਵਾਲੇ ਯਾਰ ਬੜੇ ਬੁੱਧੂ ਨੇ ਸਾਲੇ ਪਹਿਲਾਂ ਸਾਡਾ ਆਹ ਅਪਾਰਟਮੈਂਟ ਸੀਗਾ ਯਾਰ ਹੁਣ ਆਹ ਵਾਲਾ ਗਾ ਇਹ ਚ ਕਿਹੜੀ ਨਹੀਂ ਖੋਲ ਰਹੇ ਬਾਹਰ ਖੜੀ ਨਾ ਰਹੇ ਹੋਰ ਕਹੇ ਗੱਡੀ ਸੋਣਾ ਪੈ ਜੇ ਇੰਨੇ ਦਿਨ ਸਾਨੂੰ ਆ ਗਏ ਆ ਗਏ ਆ ਗਏ ਫੋਨ ਆ ਗਿਆ ਉਹ ਚ ਬੋਲ ਰਹੇ ਮਨੀ ਉਹ ਕਹਿੰਦੀ ਸਿੱਧਾ ਫੋਨ ਲਾ ਹੋਟਲ ਵਾਲਾ ਦਾ ਨੰਬਰ ਦਿੱਤਾ ਆਪਣੇ ਉਹ ਨਹੀਂ ਕੱਟੇ ਗਏ ਯਾਰ ਆਪਣੇ ਉਹ ਤੇ ਲੱਗਣੇ ਨਹੀਂ ਹੈਗਾ ਆਪਣੇ ਕੋਲ ਕਿਹੜਾ ਇੱਥੇ ਆਈ ਸੀ ਦੁਬਾਰਾ ਫਰਮੈਸ ਗੱਲ ਕਰ ਦੁਬਾਰਾ ਲੱਗ ਗਿਆ ਦੁਬਾਰਾ ਲੱਗ ਗਿਆ ਤੁਹਾਡੇ ਕੋਲ ਦੁਬਾਰਾ ਫੋਨ ਲੱਗਿਆ ਰੋ ਜੀ Hello, we have called earlier for the information. Yes, give me the confirmation number.
सोफा बेड सोफे का बेड बन रहा थले जमीन व्यू देख इत अपना होटल का व्यू देखो आई छे अपार्टमेंट बालकोनी ला दू आल सारे अपार्टमेंट होटल ही ने इत सारा ब्लैक ब्लैक ही रहा है ਤੇ ਹੁਣ ਆਪਾਂ ਚੱਲੇ ਸੀ ਸਮਾਨ ਜਿਹਾ ਲੈਣ ਮਾਰਕੀਟ 'ਚੋਂ ਖਾਣ ਪੀਣ ਦਾ ਲੈ ਆਈਏ ਫਿਰ ਘਰੇ ਸੋਈ ਸਹੀ ਹੈਗੀ ਇੱਥੇ ਬਣਾਵਾਂਗੇ ਚੱਲੀਏ ਫਿਰ ਮੁੰਡਿਓ ਚਲੋ 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 ਇੱਥੇ ਦੀ ਮਾਰਕੀਟ ਆ ਆਈਸਲੈਂਡ ਸਾਰਾ ਕੁਝ ਆਈਸਲੈਂਡ ਹੀ ਆ ਆਈਸਲੈਂਡ ਇੱਕ ਘਰ ਘਰ ਅਸੀਂ ਬਾਕੀ ਸਾਰੀਆਂ ਕੰਟਰੀ ਘੁੰਮ ਰਹੇ ਆ ਮਤਲਬ ਸੇਮ ਹੀ ਘਰ ਹੁੰਦੇ ਆ ਪਰ ਇੱਥੇ ਘਰ ਦੇਖੋ ਕਿਦਾਂ ਦੇ ਆ ਘਰਾਂ ਦੇ ਡਿਜ਼ਾਈਨ ਅਲੱਗ ਜੀ ਨੇ ਜਮੇ ਅਲੱਗ ਜੀ ਕੰਟਰੀ ਆ ਯਾਰ ਇੰਨੀ ਘੱਟ ਆਬਾਦੀ ਆ ਸਾਨੂੰ ਹਜੇ ਤੱਕ ਕੋਈ ਬੰਦਾ ਨਹੀਂ ਦੇਖਦਾ ਬਾਹਰ ਉਹ ਸਹੀ ਗੱਲ ਆ ਕੋਈ ਵੀ ਨਹੀਂ ਖਾਲੀ ਇਹ ਦੇਣ ਦੀ ਅੱਧੀ ਆਬਾਦੀ ਆ ਸ਼ਹਿਰ ਚ ਰਹਿੰਦੀ ਆ ਇਹ ਵੀ ਖਾਲੀ ਆ ਬੰਦਾ ਇੱਥੇ ਰਹਿੰਦਾ 2 ਲੱਖ ਰਾਤ ਦੇ ਫਿਰ ਬਾਜ ਵੀ ਦੱਸ ਦੇ ਰਾਤ ਦੇ 10 ਵਜੇ ਗਾ ਦੇਖ ਲਓ ਆ ਬੱਦਲਬਾਈ ਹੋਈ ਹੋਈ ਆ ਤਾਂ ਕਰਕੇ ਨਹੀਂ ਤਾਂ ਹੁਣ ਸੂਰਜ ਖੜਾ ਹੋਣਾ ਸੀ ਰਾਤ ਨੂੰ ਤਾਂ ਜਦੋਂ ਧੁੱਪ ਨਿਕਲੀ ਉਦੋਂ ਦਿਖਾਵਾਂ ਇਹ ਵੀ 11:30 ਧੁੱਪ ਨਿਕਲਦੀ ਨਹੀਂ ਵੀਰੇ ਮੀਂਹ ਵੀ ਪੈਣਾ ਧੁੱਪ ਨਹੀਂ ਨਿਕਲਦੀ ਸਾਡੇ ਕੋਲ ਕਰੰਸੀ ਵੀ ਹੈ ਨਹੀਂ ਐਕਸਚੇਂਜ ਕਰਾਈ ਹੋਈ ਮਾਰਕੀਟ ਚ ਤਾਂ ਵੜ ਚੱਲਣਗੇ ਕਿ ਨਹੀਂ ਸਮਾਨ ਲੈਣ ਆਇਆ ਕਿਉਂਕਿ ਸਮਾਨ ਆਪਾਂ ਆਪ ਤਿਆਰ ਕਰਨਾ ਦੇਖਿਓ ਤੁਸੀਂ ਬਣਦਾ ਪਾਰ मतलब 3 यूरो 3.5 यूरो ਇਹ ਅਜੇ ਤੱਕ 2 ਪੈਪਸੀ ਦੀਆਂ ਚੱਕੀਆਂ ਛੋਟੀ ਜਿਹੀ ਮਾਰਕੀਟ ਸਾਨੂੰ ਕੋਲ ਲੱਭ ਹੀ ਨਹੀਂ ਰਿਹਾ ਉਹ ਕੇਲਿਆਂ ਦੀ ਦਰਜਨ ਲੈ ਲਓ ਉਹ ਫਰੂਟ ਫਰਾਟ ਰੱਖ ਲਓ ਯਾਰ ਮੈਂ ਓਏ ਆਹ ਦੇ ਬਣੀਆਂ ਹੀ ਮਿਲਣੀਆਂ ਇੱਥੇ ਬਣੀਆਂ ਬਣਾਈਆਂ ਪਾਨੀਆਂ ਮਿਲਣੀਆਂ ਆਹ ਵਾਲੀਆਂ ਬ੍ਰੈਡ ਤਾਂ ਉਹ ਵੀ ਨੇ ਮੰਗਾ ਚੌਲ ਦੇਖ ਲਓ ਚੌਲ ਰੀਸੋ ਹੋਣਗੇ ਇੰਨਾ ਜੀ ਹੋਣਗੇ ਜਹਨ ਆਹ ਦੇ ਯਾਰ ਆ ਚੌਲ ਹੀ ਨੇ ਰੁਕ ਜੀ ਲੱਭ ਲਓ ਇੰਨਾ ਜੀ ਹੋਣਗੇ ਚਲੋ ਬਾਬੇ ਲੱਭ ਕੇ ਮਿਲਦੇ ਉਹਨਾਂ ਨੂੰ ਸਮਾਨ ਦੱਸ ਦਿਆਂ ਫਿਰ ਕੀ ਲੈਤਾ ਸੀ ਮੈਂ ਇਤਰਾ ਪਿਆਜ ਵੀ 500 ਦੇ ਕਿਲੋ ਨੇ ਕੀ ਕਰੂ ਬੰਦਾ ਕਿਹੜੇ ਇੰਡੀਆ ਵਾਲੇ ਪਰੌਂਠੇ ਪਏ ਆਹ ਤਾਂ ਕਿਲੋ ਮੇਰੇ ਕਰਮ ਕਰਕੇ ਨਹੀਂ ਪਾਨੀਆਂ ਆ ਪਈਆਂ ਹੋਈ ਤੇ ਨਾ ਆ ਪਾਨੀ ਨਿਕਲੀ ਆ ਓਏ ਆ ਪਾਨੀਆਂ ਚਲਾ ਲਿਓ ਕਿਵੇਂ ਆ ਪੂਲੀ ਆ ਪਾਨੀ ਇਹ ਕੋਤਲੇ ਤਾਂ ਕ ਗੋਲ ਪਾਨੀਆਂ ਚੱਕੀ ਕੋਤਲੇ ਤੋਂ ਲਾਉਣ ਨੂੰ ਪਹਿਲਾਂ ਕੋਤਲੇ ਤਾਂ ਲੱਭ ਪਾਨੀਆਂ ਬਾਹਰ ਦੇ ਜਸਨ ਓਏ ਜਸਨ ਪਹਿਲਾਂ ਕੋਤਲੇ ਤਾਂ ਲੱਭ ਪਾਨੀਆਂ ਫੇਰ ਲੈ ਪਈ समान ले लिया इथे हुण रात दे 11 बजे होए आ तुसीं देख सकदे हो अपार्टमेंट नहीं दिखाया दिखा मैं नजारे ना बंदे आप कम ते लाते इथों गेट खोलदा है ना 05 दे गाली 1 मिनट ए रुक जाओ ए हुंदा नहीं 05 गेट खोलिया इथों एंट्री हुई मतलब हाँ पहला है एक बेड ते दो जने मैं ते जहन पावांगे यह है बार बालकोनी भी खोलती है जे जाना बार हवा हवा ठंडी चलती है बाबे देखो जिहड़ी व्यू देख सकते हो सामने पहाड़ ते जावांगे आपां कल आ लाते की हो गया चलन दे कर दे चलन दे चलन दे चाकू इत्थे आ अपनी
ਇੱਥੇ ਆਈਦਾ ਵੀ ਬੈੱਡ ਬਣ ਜਾਣਾ ਦੋ ਜਣਿਆਂ ਨੇ ਪੈ ਜਾਣਾ ਇੱਥੇ ਆਹ ਦੇਖੋ ਤੁਸੀਂ ਸਿਟੀ ਵਿਊ ਦੇਖੋ ਰਾਤ ਦੇ 12 ਵੱਜ ਚੁੱਕੇ ਆ ਤੁਸੀਂ 12 ਵਜੇ ਦੇਖੋ ਚਾਨਣ ਇੱਕ ਗਲਾਸ ਸੰਦ ਲਿਆ ਦੋ ਗਲਾਸ ਲੈ ਚਾਰ ਗਲਾਸ ਪਾਣੀ ਚਲੋ ਹੁਣ ਤੈਨੂੰ ਪਾਸਤਾ ਬਣਾ ਕੇ ਮਿਲਦੇ ਆ ਨਹੀਂ ਚੌਲ ਬਣਾਉਣੇ ਆ ਚੌਲ ਉਹ ਅੱਜ ਪਾਸਤਾ ਭੁਲੇਖੇ ਨਾ ਹੋ ਗਿਆ ਚੌਲ ਬਣਾਉਣੇ ਆ ਵੀਰੇ ਆ ਸਾਡੀ ਫਰਿੱਜ ਦਾ ਦਿਖਾ ਦੇ ਵੀ ਖੋਲ ਕੇ ਭਰਤੀ ਲਿਆ ਆਏ ਸਮਾਨ ਨਾ ਭਰੀ ਕਿੱਥੇ ਆ ਤਾਂ ਇੱਕ ਖਾਨਾ ਹੀ ਭਰਿਆ ਗਾ ਇੱਕ ਖਾਨੇ ਸਾਨੂੰ ਤਾਂ 14,000 ਚ ਪੈ ਗਿਆ ਜੇ ਤਿੰਨੇ ਭਰਨੇ ਹੁੰਦੇ ਮੈਨੂੰ ਲੱਗਦਾ ਲੱਖਾਂ ਹੀ ਜਾਣਾ ਤੁਸੀਂ ਭੁੱਖੇ ਮਰ ਜਾਂਦੇ ਮੈਂ ਨਾਲ ਆਉਂਦਾ ਉਹੀ ਤਾਂ ਗੱਲ ਆ ਜਹਨ ਕੁੱਕ ਲਿਆਂਦਾ ਸੀ ਨਾਲ ਪਹਿਲਾਂ ਇਦੂ ਇਦੂ ਹਸਤੇ ਸੀ ਮੈਨੂੰ ਲੱਗਦਾ ਜਹਨ ਜੇ 20 ਕਿਲੋ ਵਾਲਾ ਆਪਾਂ ਬੈਗ ਇਟਲੀ ਤੋਂ ਭਰ ਲਿਆਉਂਦੇ ਸਸਤਾ ਪੈਣਾ ਹੋਰ 90,000 ਦਾ ਬੈਗ ਪੈਣਾ ਸੀ ਸਾਨੂੰ ਤੇ ਚਲੋ ਤੁਹਾਨੂੰ ਮਿਲਦੇ ਲੋ ਵੀ ਕਹਿੰਦੇ ਮੁੰਡਿਆਂ ਨੇ ਝੋਨਾ ਬਣਾ ਲਿਆ ਝੋਨਾ ਸ਼ੈਫ ਥੋੜਾ ਬਾਈ ਭੁੱਖੇ ਮਰ ਜਾਣਾ ਤਾਂ ਬਾਈ ਜੇ ਮੈਂ ਨਾ ਹੁੰਦੇ ਨਾ ਆ ਵਾ ਇਹਨਾਂ ਨੂੰ ਕਰਚੀ ਘਮਾਉਣੀ ਆਉਂਦੀ ਤੇ ਆ ਰਾਤ ਦੇ 12 ਵੱਜ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਹਨੇਰਾ ਨਹੀਂ ਹੋਇਆ ਹੈਗਾ ਇੱਥੇ ਉਹ ਕਬੇਲਾ ਬੇਲਾ ਜਿਹਾ ਹੋ ਗਿਆ ਪਰ ਪੂਰੀ ਚੰਗੀ ਤਰ੍ਹਾਂ ਹਨੇਰਾ ਨਹੀਂ ਹੁੰਦਾ ਇੱਥੇ ਇਹੋ ਜਿਹਾ ਹੀ ਰਹਿੰਦਾ ਹੈਗਾ ਮੌਸਮ ਜਿਹਾ ਗਰਮੀਆਂ ਵਿੱਚ ਸਾਢੇ 12 ਹੋ ਗਏ 2 ਵਜੇ ਦਿਨ ਚੜ੍ਹਨਾ ਕਹਿੰਦੇ ਦੁਬਾਰਾ ਚੌਲ ਬਣਾਏ ਮੈਂ ਕਹਿੰਦਾ ਜਹਨ ਨੇ ਐਂਡ ਕਰਾਤਾ ਕੱਲ ਨੂੰ ਮਣੀ ਦੇ ਬਣਾ ਜਾਣਗੇ ਪਰ ਦਹੀਂ ਨੀ ਵਧੀਆ ਕੱਲ ਨੂੰ ਮਣੀ ਬਣਾਊਗਾ ਫਿਰ ਦੇਖਾਂਗੇ ਜੂੜੇ ਨੂੰ ਇਗਨੋਰ ਕਰਿਓ ਤੇ ਹਨਾ ਤੇ ਐਂਡ ਕਰ ਦਈਏ ਬਲੌਗ ਦਾ ਇਹ ਬਲੌਗ ਦਾ ਇੱਥੇ ਐਂਡ ਕਰਦੇ ਆ ਛੋਟਾ ਹਾਊਸ ਹੈ ਬਲੌਗ ਹੁਣ ਕੱਲ ਵਾਲਾ ਦੇਖਿਓ ਹੁਣ ਤੁਸੀਂ ਅਗਲੇ ਬਲੌਗ ਦੇਖਣੇ ਆ ਜੇ ਨਾ ਦੇਖੇ ਨਾ ਹੁਣ ਆਈਸਲੈਂਡ ਦੇਖਾਵਾਂਗੇ ਆਈਸਲੈਂਡ ਦੇਖਾ ਭਰਾ ਬਣੇ ਯਾਰ ਐ ਨਾ ਕਰ ਤੇ ਹੁਣ ਮਾਊਂਟੇਨ ਡਿਊ ਤਾਂ ਲਿਆ ਹੋਇਆ ਸੀ ਮਾਊਂਟੇਨ ਡਿਊ ਵੀ ਲਿਆਂਦਾ ਬਾਬੇ 14,000 ਦੀ ਗ੍ਰੋਸਰੀ ਦੀ ਤੇ 14,000 ਦੀ ਗ੍ਰੋਸਰੀ ਪੈਪਸੀ ਪੀ ਲਈ ਉਹਦੇ ਵਿੱਚ ਪਾਣੀ ਕੋਈ ਕੋਈ ਕਰ ਸਕਦਾ ਇੰਨੀ ਮਹਿੰਗੀ ਤੇ ਕੱਲ ਨੂੰ ਤੁਹਾਨੂੰ ਦਿਖਾਉਣੇ ਆਈਸਲੈਂਡ ਦਾ ਟੂਰ ਸ਼ੁਰੂ ਹੋਊਗਾ ਅੱਜ ਤਾਂ ਮਤਲਬ ਇਹੀ ਸੀ ਬਸ ਚਲੋ ਮਿਲਦੇ ਹਾਂ ਅਗਲੇ ਵਲੌਗ ਚ ਬਾਏ ਬਾਏ ਸਾਰੇ ਜਣੇ ਸਤਿ ਸ਼੍ਰੀ ਅਕਾਲ ਕਰ ਇੱਕ ਵਾਰ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ